ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਲੋ ਵੀ ਕੈਨੇਡਾ ਦੇ ਵੀਜ਼ੇ ਨਵੇਂ ਸਾਲ ਤੋਂ ਬਾਅਦ ਵਿਦ ਸਪਾਊਸ ਵੀਜ਼ੇ। ਬਹੁਤ ਸਾਰੇ ਬੰਦੇ ਇਹੀ ਕਹਿੰਦੇ ਸੀ ਕਿ ਵਿਦ ਸਪਾਊਸ ਨਾਲ ਨਹੀਂ ਜਾ ਸਕਦਾ, ਸੋ ਇਹ ਰਹੇ ਜੀ ਪਲੱਸ ਟੂ ਬੇਸ ਤੇ ਵਿਦ ਸਪਾਊਸ ਵੀਜ਼ੇ ਲੱਗੇ ਹੈ। ਇਹ ਹੈਗਾ ਜੀ ਤੁਹਾਡਾ ਵੀਜ਼ਾ ਦੁਸ਼ਲ ਪਾਲ ਐਂਡ ਅੰਜਲੀ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਭਾਈ, ਬਹੁਤ ਬਹੁਤ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੀ ਸਟੱਡੀ ਕੀ ਸੀਗੀ? ਠੀਕ ਹੈ ਜੀ। ਓਕੇ ਜੀ। ਮੁਬਾਰਕਾਂ। ਪਤਾ ਭਾਜੀ ਕਿੱਦਾਂ ਲੱਗਣਾ, ਤੁਸੀਂ ਟ੍ਰੈਂਡ ਹੀ ਤੇ ਚੱਲ ਰਹੇ ਹੋ ਭਾਈ ਜੀ ਬਹੁਤ ਜ਼ਿਆਦਾ। ਅਤੇ ਜਲੰਧਰ ਦੇ ਭਾਜੀ ਬਹੁਤ ਜ਼ਿਆਦਾ ਨਾਮ ਇਹਨਾਂ ਦਾ, ਵਿਜ਼ਿਟ ਕਰੋ, ਬਹੁਤ ਹੀ ਵਧੀਆ ਵਰਕ ਇਹਨਾਂ ਦਾ, ਅਤੇ ਆਓ ਜਲਦੀ ਜਲਦੀ ਵੀਜ਼ੇ ਲਵਾਓ ਆਪਣੇ ਪਾਸਪੋਰਟਾਂ 'ਤੇ ਜੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹਾਂ ਸਾਡਾ ਬਹੁਤ ਘੱਟ ਟਾਈਮ ਵਿੱਚ ਉਹਨਾਂ ਨੇ ਵੀਜ਼ਾ ਦਿੱਤਾ। ਟਰੱਸਟ ਬਹੁਤ ਵੱਡੀ ਚੀਜ਼ ਹੈਗੀ ਹੈ ਜੀ। ਅੱਗੇ ਵੀ ਅਸੀਂ ਮੇਰੇ ਖਿਆਲ ਨਾਲ ਪਰਿਵਾਰ ਦੇ ਬੜੇ ਵੀਜ਼ੇ ਲਗਵਾਏ ਇਹਨਾਂ ਦੇ, ਸੋ ਹੁਣ ਵੀ ਵੀਜ਼ੇ ਲੱਗੇ ਅਤੇ ਅੱਗੇ ਵੀ ਲੱਗਦੇ ਰਹਿਣਗੇ। ਸੋ ਮੇਨ ਚੀਜ਼ ਆਉਂਦੀ ਟਰੱਸਟ, ਜਿਹੜੇ ਤਾਂ ਬੰਦੇ ਟਰੱਸਟ ਕਰਦੇ ਪਏ ਆ। ਸੋ ਅੱਜ ਉਹਨਾਂ ਦੇ ਹੱਥਾਂ ਦੇ ਵਿੱਚ ਵੀਜ਼ੇ ਹੈਗੇ, ਜਿਹੜੇ ਕਹਿੰਦੇ ਇਹ ਚੀਜ਼ ਹੋ ਨਹੀਂ ਸਕਦੀ ਸੀ, ਉਹਨਾਂ ਲਈ ਵੀ ਇਹ ਚੀਜ਼ ਬਹੁਤ ਵੱਡੀ ਐਗਜ਼ਾਮਪਲ ਹੈਗੀ ਹੈ। ਤੁਹਾਡੇ ਸਾਹਮਣੇ ਵਿਦ ਸਪਾਊਸ ਵੀਜ਼ਾ ਮੈਂ ਦਿਖਾ ਰਿਹਾ ਵਾਂ, ਪਲੱਸ ਟੂ ਬੇਸ ਤੇ ਵਿਦ ਸਪਾਊਸ ਵੀਜ਼ਾ ਤੁਹਾਡੇ ਸਾਹਮਣੇ ਹੈਗਾ। ਸੋ ਜੇਕਰ ਕਿਸੇ ਨੂੰ ਕੋਈ ਵੀ ਕੁਐਸਚਨ ਹੈਗਾ, ਥੱਲੇ ਨੰਬਰ ਮੈਂਸ਼ਨ ਹੋ ਜਾਏਗਾ 9161 9167 ਤੇ, ਸੋ ਉਹਦੇ ਤੇ ਕਾਲ ਕਰੋ, ਚਾਹੇ ਸਾਨੂੰ ਆਫਿਸਾਂ ਦੇ ਵਿੱਚ ਆ ਕੇ ਮਿਲੋ, ਇਹਨਾਂ ਵਾਂਗ ਵੀਜ਼ਾ ਆਪਣਾ ਗ੍ਰਾਂਟ ਕਰਵਾਓ। ਸੋ ਜੇਕਰ ਕਿਸੇ ਨੇ ਵੀ ਕੋਈ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਨਾ, ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਚੱਕੋ ਤੇ ਆਪਣਾ ਵੀਜ਼ਾ ਗ੍ਰਾਂਟ ਕਰਾਓ। ਸੋ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਕਿਸੇ ਨੂੰ? ਬਸ ਇਹੀ ਹੈ ਕਿ ਜਲਦੀ ਜਲਦੀ ਵੀਜ਼ਾ ਲਵਾਓ, ਸੰਗੋ ਨਾ ਤੇ ਘਰੇ ਨਾ ਬੈਠੋ, ਆਓ ਵੀਜ਼ਾ ਲਵਾਓ ਜਲਦੀ ਜਲਦੀ। ਜਿੱਦਾਂ ਇਹ ਖੁਸ਼ ਹੈਗੇ ਆ, ਸੇਮ ਉੱਦਾਂ ਵੀ ਤੁਸੀਂ ਆਪਣਾ ਵੀਜ਼ਾ ਲਗਵਾ ਕੇ ਖੁਸ਼ੀ ਖੁਸ਼ੀ ਆਪਣੇ ਕੈਨੇਡਾ ਜਾਓ, ਆਪਣੇ ਪਰਿਵਾਰ ਦੇ ਨਾਲ ਜਾਓ। ਸੋ ਧੰਨਵਾਦ।